ਇੱਕ ਕਹਿੰਦੇ ਵਸੀਅਤ ਜਿਹੜਾ ਕਰਵਾਉਣ ਵਾਲਾ ਸੀ ਉਹ ਸਵਰਗਵਾਸ ਹੋ ਗਏ, ਹਾਂਜੀ, ਜੋ ਉਹਨਾਂ ਦੇ ਗਵਾਹ ਸੀ ਉਹ ਹੁਣ ਮੁੱਕਰ ਰਹੇ ਨੇ ਵੀ ਸਾਡੇ ਹੁਣ ਜਿਹਦਾ ਵਸੀਅਤ ਨਹੀਂ ਹੋਈ, ਵੀ ਇਹਦਾ ਕੋਈ ਹੱਲ ਹੋ ਸਕਦਾ ਨਹੀਂ? ਜੇ ਉਹ ਗਵਾਹ ਮੁੱਕਰ ਗਏ, ਜੇ ਖਾਨਗੀ ਵਸੀਅਤ ਹੈ, ਹਾਂਜੀ, ਫਿਰ ਤਾਂ ਉਹਦੀ ਵੈਲਿਊ ਖਤਮ ਹੋ ਗਈ ਜੀ। ਠੀਕ ਹੈ ਜੀ, ਫਿਰ ਤਾਂ ਵਸੀਅਤ ਦੀ ਵੈਲਿਊ ਖਤਮ ਹੋ ਗਈ ਨਾ ਜੇ ਗਵਾਹ ਮੁੱਕਰ ਗਏ ਜੀ। ਠੀਕ ਆ, ਅਗਰ ਜੇ ਉਹਦੀ ਰਜਿਸਟਰਡ ਵਸੀਅਤ ਹੈ, ਹਾਂਜੀ ਹਾਂ, ਫਿਰ ਉਹਦੇ ਗਵਾਹ ਮਰ ਜਾਣ ਜਾਂ ਮੁੱਕਰ ਜਾਣ ਉਹ ਵੈਲਡ ਮੰਨੀ ਜਾਊਗਾ। ਜਦੋਂ ਉਹਦੀ ਗਵਾਹੀ ਉੱਥੇ ਸੀਲ ਚ ਹੋ ਗਈ ਜੀ, ਉਹ ਤਾਂ ਉਹ ਮੁੱਕਰ ਨਹੀਂ ਸਕਦੇ ਜੀ। ਠੀਕ ਆ, ਹਾਂ, ਰਜਿਸਟਰਡ ਵਾਲੇ ਨਾਲ, ਰਜਿਸਟਰਡ ਵਾਲੇ ਤਾਂ ਮੁੱਕਰ ਨਹੀਂ ਸਕਦੇ, ਉਹਨਾਂ ਦੀ ਬਕਾਇਦਾ ਉੱਥੇ ਗਵਾਹੀ ਪੈਂਦੀ ਹੈ, ਤਹਿਸੀਲਦਾਰ ਦੇ ਸਾਹਮਣੇ ਗਵਾਹੀ ਪੈਂਦੀ ਹੈ ਜੀ, ਉਹ ਕਿਵੇਂ ਮੁੱਕਰਨਗੇ ਜੀ? ਠੀਕ ਆ, ਹਾਂ, ਜੇ ਕਿਸੇ ਬੰਦੇ ਨੇ ਵਸੀਅਤ ਕੀਤੀ ਹੈ ਤੇ ਉਹਦੇ ਗਵਾਹ ਪਾਏ ਹੋਏ ਨੇ, ਗਵਾਹ ਪਹਿਲਾਂ ਮਰ ਜਾਂਦੇ ਨੇ ਬੰਦੇ ਦੇ। ਠੀਕ ਆ, ਸਪੋਜ਼ ਕਰੋ ਗਵਾਹ ਪਹਿਲਾਂ ਮਰ ਗਏ, ਮੁੱਕਰਨ ਵਾਲੀ ਗੱਲ ਤਾਂ ਆਪਾਂ ਕਰ ਨਹੀਂ ਸਕਦੇ, ਮਰਨ ਦੀ ਗੱਲ ਕਰੋ ਵੀ ਜੇ ਬੰਦੇ ਮਰ ਗਏ, ਗਵਾਹ ਮਰ ਗਏ ਜੀ, ਜੇ ਗਵਾਹ ਮਰ ਜਾਂਦੇ ਨੇ ਤਾਂ ਉਹ ਜਿਹੜੇ ਬੰਦੇ ਨੇ ਵਸੀਅਤ ਕੀਤੀ ਹੈ ਤਾਂ ਉਹਨੂੰ ਦੁਬਾਰੇ ਵਸੀਅਤ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਜਿਹੜੇ ਬੰਦੇ ਨੇ ਵਸੀਅਤ ਕੀਤੀ ਹੋਈ ਸੀ ਨਾ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਵਸੀਅਤ ਤੇ ਫਲਾਣੇ ਫਲਾਣੇ ਬੰਦੇ ਗਵਾਹ ਪਾਏ ਸੀ ਪਰੰਤੂ ਉਹ ਮਰ ਚੁੱਕੇ ਨੇ, ਹਾਂਜੀ ਹਾਂਜੀ, ਉਹਨਾਂ ਦੀ ਗਵਾਹੀ ਕਿਵੇਂ ਹੋਊਗੀ ਕੱਲ੍ਹ ਨੂੰ ਜਦੋਂ ਆਪਾਂ ਇੰਤਕਾਲ ਕਰਾਉਣਾ? ਹਾਂਜੀ ਹਾਂ, ਇਸ ਕਰਕੇ ਉਹਨੂੰ ਦੁਬਾਰੇ ਵਸੀਅਤ ਕਰਾ ਕੇ ਵੀ ਮੈਂ ਪਹਿਲਾਂ ਵਸੀਅਤ ਕੀਤੀ ਸੀ, ਉਹ 'ਚ ਆਹ ਗਵਾਹ ਅਤੇ ਇਹ ਗਵਾਹ ਮਰ ਚੁੱਕੇ ਨੇ, ਇਸ ਕਰਕੇ ਮੈਂ ਫਲਾਣੇ ਗਵਾਹਾਂ ਦੀ ਹਾਜ਼ਰੀ 'ਚ ਹੁਣ ਆਹ ਵਸੀਅਤ ਕਰਾ ਰਿਹਾ, ਵੀ ਉਹ ਵਸੀਅਤ ਮੇਰੀ ਖਤਮ ਹੋ ਚੁੱਕੀ ਹੈ, ਉਹਦੇ ਵਿੱਚ ਵੇਰਵਾ ਪਾ ਕੇ ਉਹ ਦੁਬਾਰੇ ਵਸੀਅਤ ਕਰ ਦੇਣੀ ਚਾਹੀਦੀ ਹੈ। ਠੀਕ, ਉਹ ਚਾਹੇ ਰਜਿਸਟਰਡ ਹੋਵੇ ਚਾਹੇ ਖਾਨਗੀ ਹੋਵੇ, ਹਾਂ, ਦੋਨੇ ਹੋਣੇ ਚਾਹੀਦੇ। ਅੱਛਾ, ਰਜਿਸਟਰਡ ਵਸੀਅਤ ਵੀ ਜੇ ਸਪੋਜ਼ ਕਰੋ ਹੁਣ ਕਿਸੇ ਬੰਦੇ ਨੇ ਰਜਿਸਟਰਡ ਵਸੀਅਤ ਕਰਾ ਰੱਖੀ ਜੀ, ਉਸ ਤੋਂ ਬਾਅਦ ਉਹ ਬੰਦਾ ਜਾਣੀ ਕਿ ਤਹਿਸੀਲ 'ਚ ਜਾ ਕੇ ਕਰਾ ਨਹੀਂ ਸਕਦਾ ਪਰੰਤੂ ਉਹਦੀ ਸੇਵਾ ਵੀ ਨਹੀਂ ਕਰਦੇ ਉਹ ਬੰਦੇ, ਹਾਂਜੀ, ਉਹ ਬੰਦਾ ਘਰੇ ਖਾਨਗੀ ਵਸੀਅਤ ਲਿਖ ਦਿੰਦਾ ਹੈ ਰਜਿਸਟਰ ਤੋਂ ਬਾਅਦ, ਰਜਿਸਟਰ ਤੋਂ ਬਾਅਦ ਜੀ, ਉਹ 'ਚ ਵੇਰਵਾ ਪਾਉਂਦਾ ਮੈਂ ਰਜਿਸਟਰਡ ਵਸੀਅਤ ਨੂੰ ਕੈਂਸਲ ਕਰਦਾ ਕਿਉਂਕਿ ਉਹ ਮੇਰੀ ਹੁਣ ਸੇਵਾ ਨਹੀਂ ਕਰਦੇ, ਮੈਨੂੰ ਤੰਗ ਕਰਦੇ ਨੇ ਨਜਾਇਜ਼। ਠੀਕ ਆ, ਹੁਣ ਮੈਂ ਇਹ ਵਸੀਅਤ ਫਲਾਣੇ ਦੇ ਹੱਕ 'ਚ ਕਰ ਰਿਹਾ, ਮੇਰੀ ਪਹਿਲੀ ਵਸੀਅਤ ਕੈਂਸਲ ਸਮਝੀ ਜਾਵੇ। ਅੱਛਾ, ਠੀਕ ਆ, ਤਾਂ ਉਹ ਰਜਿਸਟਰਡ ਵਸੀਅਤ ਦੇ ਮੁਤਾਬਕ ਇੰਤਕਾਲ ਨਹੀਂ ਹੋਊਗਾ, ਜਿਹੜੀ ਖਾਨਗੀ ਕੀਤੀ ਗਈ ਉਹਦੇ ਮੁਤਾਬਕ ਇੰਤਕਾਲ। ਵਾਹ ਜੀ ਵਾਹ, ਉਹ ਵੈਲਡ ਹੈ। ਅੱਛਾ ਜੀ, ਵਾਹ ਜੀ, ਆ ਤਾਂ ਸਰ ਤੁਸੀਂ ਕੁਝ ਜਿਹਾ ਸਮੁੰਦਰ ਕੱਢਤਾ ਜੀ। ਦੋਸਤੋ ਦੇਖ ਲਓ, ਬਹੁਤ ਵਧੀਆ ਜਾਣਕਾਰੀ ਆ, ਇਹ ਸਾਡੇ ਬਜ਼ੁਰਗਾਂ ਦਾ ਸਤਿਕਾਰ, ਅਸੀਂ ਇੱਦਾਂ ਦੀ ਕੋਈ ਵੀ ਬੰਦਾ ਨਾ ਹੋਵੇ ਤਾਂ ਕਿ ਉਹਨੂੰ ਇਹ ਸਟੈਪ ਲੈਣਾ ਪਵੇ। ਹਾਂ, ਅਸੀਂ ਉਹਨਾਂ ਦਾ ਬਣਦਾ ਸਤਿਕਾਰ, ਬਣਦਾ ਜੋ ਸਾਡਾ ਫਰਜ਼ ਕਰਨਾ ਚਾਹੀਦਾ। ਮੈਂ ਕਹਿੰਦਾ ਜ਼ਮੀਨ ਹੋਵੇ ਨਾ ਹੋਵੇ, ਮੈਂ ਤਾਂ ਆਪਦੀ ਸੋਚ ਮੁਤਾਬਕ ਹੀ ਦੱਸਦਾ, ਦੇਖੋ ਕਲਜੂਗਾ ਇਹ ਕਿਸੇ ਦੀ ਮਾਂ ਦੇ ਸਾਰੇ ਨਹੀਂ, ਜੇ ਕੋਈ ਕਰਨ ਵਾਲਾ ਕਰਾਉਣ ਵਾਲਾ ਨਹੀਂ, ਜੇ ਕਰਾਉਣ ਵਾਲਾ ਕਰਨ ਵਾਲਾ, ਇਹ ਹੁੰਦੀ ਹੀ ਨਹੀਂ, ਇਹ ਤਾਂ ਕਿਸਮਤ ਚੰਗੀ ਸਮਝੋ ਜੇ ਕਿਸੇ ਨੂੰ ਮਾਂ ਬਾਪ ਦੀ ਸੇਵਾ ਮਿਲ ਜੇ, ਮਿਲਦੀ ਆ ਸੇਵਾ, ਕਹਾਂ ਕਰਾਉਣ ਵਾਲਾ ਵੀ ਹੋਵੇ ਤੇ ਕਰਨ ਵਾਲਾ ਵੀ ਹੋਵੇ, ਦੋ ਚੀਜ਼ਾਂ ਇਕੱਠੀਆਂ ਮਸੀ ਹੁੰਦੀਆਂ ਨੇ, ਮਸੀ ਹੁੰਦੀਆਂ, ਕਰਮ ਵਾਲੇ ਨੂੰ ਵੀ ਮਿਲਦੀਆਂ ਨੇ। ਸਹੀ ਗੱਲ ਹੈ ਜੀ, ਸਹੀ ਗੱਲ ਆ। ਸੋ ਸ਼ੁਕਰੀਆ ਸਰ।